বিশ্বাস কিঠো লাবাগে কিঠো লাবাগে দেনো মা নিদাস কিঠো লাবাগে আল্লাহ সোনেয়া দোয়া করো সারে মেরনা মিলকে আল্লাহ ইনা দি আম্মি দি বখশিশ ফরমাবে আল্লাহ সোনেয়া কর্ম কামামি মা মে দিন জন্নত পৌঁছামি কারি কে রহমত ইউতে নিমায়ে আয়ে দি কেড়ি রুতে নিমায়ে আয়েগী কেড়ি রুতে হে মা মেরি নে বাগ লগাযা মশক পর পর পানি লগাযা লগেয়া গোরা দে গুছে হে মামা মাওয়াইয়া দিয়ানে হে মামা ছাওয়াইয়া দিয়ানে হে মামা বেড়ে দিড়ন কুন্দিয়ানে হে পুত্র সৌদি আয়া ওবে তে মা এথে রোন্দি হে পুত্র মস্কত ওবে তে মা এথে রোন্দি আপনে পরদেশিয়া বাস্তে খেরা ਮੰਗਦੀ ਏ ਆਂਦੀ ਏ ਸ਼ਾਲਾ ਇਸ ਮਹਾਂ ਦੇ ਜਾਇਆਂ ਦੀ ਖੈਰ ਹੋਵੇ ਸ਼ਾਲਾ ਮੇਰੇ ਪੁੱਤਰਾਂ ਦੀ ਖੈਰ ਹੋਵੇ ਬਾਬਾ ਜੀ ਜੁਮਨੇ ਸੁਣਿਆ ਨੇ ਜਨਾਬੇ ਉਮੇ ਸਲਮਾ ਨੂੰ ਲੈ ਕੇ ਜਨਾਬੇ ਫਾਤਿਮਾ ਅੰਦਰ ਆ ਗਈਆਂ ਜਨਾਬੇ ਉਮੇ ਸਲਮਾ ਨੇ ਵੇਖਿਆ ਏ ਲੱਗਦਾ ਫਾਤਿਮਾ ਨੂੰ ਮਾਂ ਦਾ ਭਲੇਖਾ ਪੈ ਗਿਆ ਏ ਜਨਾਬੇ ਉਮੇ ਸਲਮਾ ਪਿਆਰ ਦੀਆਂ ਕਰਦੀਆਂ ਨੇ ਸਿਆਲ ਕੋਟਿਓ ਜੁਮਨੇ ਸੁਣ ਜਾਇਆ ਜੇ ਜਨਾਬੇ ਉਮੇ ਸਲਮਾ ਪਿਆਰ ਦੀਆਂ ਕਰਦੀਆਂ ਨੇ ਮੇਰੇ ਨਬੀ ਨੇ ਵੇਖਿਆ ਏ ਉਮੇ ਸਲਮਾ ਜਨਾਬੇ ਫਾਤਿਮਾ ਨੂੰ ਸੀਨੇ ਲਾ ਕੇ ਪਿਆਰ ਦੀਆਂ ਕਰਦੀਆਂ ਨੇ ਮੇਰੇ ਨਬੀ ਨੇ ਫਰਮਾਇਆ ਨੀ ਉਮੇ ਸਲਮਾ ਜੀ ਆਕਾ ਇਹ ਫਾਤਿਮਾ ਨੂੰ ਕੀ ਕਰਨੀ ਏ ਅੱਜ ਕੀ ਕੀ ਸੋਹਣਾ ਮੈਨੂੰ ਇੰਜ ਲੱਗਾ ਏ ਜਿਵੇਂ ਤੁਹਾਡੀ ਬੇਟੀ ਨੂੰ ਮਾਂ ਦਾ ਭਲੇਖਾ ਪੈ ਗਿਆ ਏ ਬਾਬਾ ਜੀ ਜੁਮਲੇ ਸੁਣਿਆ ਨੇ ਰੋ ਰੋ ਕੇ ਅਸੀਂ ਆਨੇ ਆ ਮਾਂ ਜਨਤ ਸਾਡੀ ਜਿਹਦੀ ਮਾਂ ਦੁਨੀਆਂ ਤੋਂ ਗਈ ਹੈ ਬਾਬਾ ਜੀ ਜੁਮਲੇ ਸੁਣਿਓ ਮਾਸ਼ਾਅੱਲਾ ਅੱਜ ਦੀ ਇਹ ਬਜ਼ਮੇ ਬਾਗ ਖਤਮੇ ਬਾਗ ਦੀ ਮਹਿਫਲੇ ਬਾਗ ਗਏ ਜਨਾਬੇ ਬਾਈ ਮੁਹੰਮਦ ਅਬਾਸ ਸਾਹਿਬ ਉਹਨਾਂ ਦੀ ਜ਼ੋਜਾ ਮੋਹਤਰਮਾ ਮੁਹੰਮਦ ਅਵੈਸ ਸਾਹਿਬ ਉਹਨਾਂ ਦੀ ਵਾਲਦਾ ਸਾਹਿਬਾ ਆਪਦੇ ਸਾਲੇ ਸਵਾਬ ਦੀ ਮਹਿਫਲ ਦੇ ਅੰਦਰ ਅਸੀਂ ਸਾਰੇ ਹਜ਼ਰਾਤ ਸ਼ਰੀਫ ਫਰਮਾਵਾਂ ਇਫਤਾਰੀ ਦਾ ਟਾਈਮ ਵੀ ਕਰੀਬ ਹੈ ਮੈਂ ਇਨਸ਼ਾਅੱਲਾ ਇੱਕ ਦੋ ਬਾਤ ਅਜ਼ਮਤ ਵਾਲਦਾ ਦੇ ਹਵਾਲੇ ਦੇ ਨਾਲ ਬਿਆਨ ਕਰਨੀ ਹੈ ਤੁਸੀਂ ਬੜੀ ਮੁਹੱਬਤ ਨਾਲ ਸਮਾਤ ਕਰਿਓ ਹਜ਼ਰਾਤ ਜ਼ੀਵਕਾਰ ਮਾਂ ਇੱਕ ਐਸੀ ਅਜ਼ੀਮ ਹਸਤੀ ਹੈ ਜਿਹਦੇ ਬਾਰੇ ਅੱਲਾਹ ਦਾ ਕੁਰਾਨ ਐਲਾਨ ਫਰਮਾ ਰਿਹਾ ਹੈ ਔਰ ਮੁਸਤਫਾ ਦਾ ਫਰਮਾਨ ਐਲਾਨ ਫਰਮਾ ਰਿਹਾ ਹੈ ਕਿ ਜਦੋਂ ਵੀ ਬੰਦਾ ਵਾਲਦੈਣ ਵਾਸਤੇ ਦੁਆ ਕਰਦਾ ਹੈ ਰੱਬਾ ਨਾ ਫਿਰਲੀ ਵਾਲੀ ਵਾਲੀ ਦਈ ਆ ਤੇ ਬੂੰਗੇ ਦੀ ਸਰਜ਼ਮੀਨ ਵਾਲਿਓ ਇਹੀ ਦੁਆ ਕਰਦਾ ਕਿ ਯਾ ਅੱਲਾ ਮੈਨੂੰ ਮਾਫ਼ੀ ਦੇ ਮੇਰੀ ਵਾਲਦਾ ਮੇਰੇ ਵਾਲਦ ਨੂੰ ਮਾਫ਼ੀ ਦੇ ਅੱਜ ਮੈਂ ਗੱਲ ਕਰਨੀ ਹੈ ਜਨਾਬੇ ਖਦੀਜਤੁਲ ਕੁਬਰਾ ਦੀ ਜਨਾਬੇ ਫਾਤਿਮਾ ਤੋਂ ਜ਼ਹਰਾ ਸਲਾਮ ਉੱਲਾ ਅਲੈਹ ਦੀ ਅੰਮੀ ਜਾਨ ਦਾ ਵਿਸਾਲ ਪੜ੍ਹਨਾ ਅਤੇ ਇਨਸ਼ਾਅੱਲਾ ਵਕਤ ਕਰੀਬ ਹੈ ਉਸ ਤੋਂ ਬਾਅਦ ਇਫਤਾਰੀ ਦਾ ਟਾਈਮ ਵੀ ਹੋ ਜਾਏਗਾ ਤੁਸੀਂ ਮੁਹੱਬਤ ਨਾਲ ਸਮਾਤ ਫਰਮਾਉਣਾ ਹੈ ਮਾਂ ਕਿਸੇ ਵਲੀ ਦੀ ਹੋਵੇ ਮਾਂ ਕਿਸੇ ਨਬੀ ਦੀ ਹੋਵੇ ਮਾਂ ਮਾਂ ਹੀ ਹੁੰਦੀ ਹੈ ਮਾਂ ਦਾ ਮਕਾਮ ਅੱਲਾਹ ਨੇ ਕੁਰਾਨ ਪਾਕ ਦੇ ਅੰਦਰ ਐਲਾਨ ਫਰਮਾਇਆ ਅਤੇ ਮਾਂ ਇੱਕ ਐਸੀ ਅਜ਼ੀਮ ਹਸਤੀ ਹੈ ਕਿ ਜਿਹਦੇ ਬਾਰੇ ਅੱਲਾਹ ਦਾ ਕੁਰਾਨ ਵੀ ਵਾਜ਼ੇ ਐਲਾਨ ਫਰਮਾ ਰਿਹਾ ਹੈ ਔਰ ਨਬੀ ਪਾਕ ਨੇ ਵੀ ਫਰਮਾਇਆ ਕਿ ਮਾਂ ਦੀਆਂ ਪੈਰਾਂ ਥੱਲੇ ਮਾਂ ਦੀਆਂ ਕਦਮਾਂ ਥੱਲੇ ਜੰਨਤ ਹੈ ਔਰ ਜੰਨਤ ਐਸੀ ਜੰਨਤ ਹੈ ਕਿ ਹਰ ਬੰਦੇ ਦੀ ਜੰਨਤ ਹੈ ਭਾਵੇਂ ਕੋਈ ਗੁਨਾਹਗਾਰ ਹੈ ਭਾਵੇਂ ਕੋਈ ਨੇਕ ਹੈ ਭਾਵੇਂ ਕੋਈ ਹਾਜੀ ਹੈ ਭਾਵੇਂ ਕੋਈ ਨਮਾਜ਼ੀ ਹੈ ਕੋਈ ਵੀ ਬੰਦਾ ਹੈ ਉਹਦੀ ਜੰਨਤ ਉਹਦੇ ਮਾਂ ਦੀਆਂ ਕਦਮਾਂ ਥੱਲੇ ਵੇ ਉਹਦੇ ਮਾਂ ਦੀਆਂ ਪੈਰਾਂ ਥੱਲੇ ਵੇ ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਉਠਾ ਗਿਆ ਨਾ ਇਸ ਦਾ ਤਰਜਮਾ ਰੂਮੀ ਕਸ਼ਮੀਰ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾ ਅਲੈਹ ਰੂਮੀ ਕਸ਼ਮੀਰ ਦੀ ਕਲਮ ਉੱਠੀ ਆਪਨੇ ਕਲਮ ਪੇਸ਼ ਕੀਤੀ ਤਰਜਮਾ ਪੇਸ਼ ਕੀਤਾ ਜ਼ਰਾ ਤਵੱਜੋ ਫਰਮਾਇਆ ਜੇ ਤੇ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾ ਅਲੈਹ ਰੂਮੀ ਕਸ਼ਮੀਰ ਖੜੀ ਦੇ ਤਾਜਦਾਰ ਨੇ ਕਲਮ ਉਠਾਈ ਤੇ ਮੀਆਂ ਸਾਹਿਬ ਫਰਮਾਉਂਦੇ ਨੇ ਮਾਮਰ ਹੈ ਤੇ ਮੁਕਦੇ ਹਜ਼ਰਤ ਵਜੋਂ ਫਰਮਾਇਆ ਜੇ ਮਾਂ ਕੀ ਚੀਜ਼
कलम उठाई नक्शा पेश किया रोमी कश्मीर आंदे ने मोहम्मद है ते पे मुकद आता वीर मर बेड़ा खाली हे बाप मर है ते मोहम्मद बख्शा ते मुख जानदाज जनाबे खदीजा तुल कुबरा सलाम अलैहि हे मेरे नबी दी सोजाए हे उम्मुल मोमिनीन जनाबे खदीजा तुल कुबरा हे मलकुल अरब बाबा जी ए ओ बीबी जिन्हें नबी दा साथ उस वेले दिता है जदों अपने ते बेगाने छड़ गए ने उदों जनाबे जहरा दी अम्मी खड़ियां रहियां ने उदों जनाबे बतौल दी मां खड़ियां रहियां ने जदों जनाबे खदीजा आखरी वेलाया आए मुसलमान ने भाइयों जरा जुमले समाप्त करे आए जनाबे खदीजा का आखरी वेला आए जनाबे फातिमा अम्मी दे कदमा विच बैठिया हो यारे जनाबे फातिमा कदी मां दे कदम चुमदिया ने कदी मां दे हथ चुमदिया ने कदी मां दा मथा चुमदिया ने ऐसे वास्ते आजम चिश्ती लाहौरी तड़पे आए ते आ फरमांदे ने मां दे दिल नर मगुला बो थे ना करण बोले जुदाई तवज्जो जी तवज्जो हे मामा दे हे लोको मामा दे हे दिल नर मगुला बो थे ना करण बोले जुदाई हे पुत्रां दे हे लखे पिछु पामण हसन सा पुत्रां दे हे लखे पिछु पामण हे ना करण देवी बुराई हे आस की जन्नत हाय आस की जन्नत है जाना आजम जिस मां की कदर जी 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 जिस मां की कदर न पाई जनाबे खदीजा दे सामने जनाबे फातिमा ने हाथ जोड़े हुए ने अर्ज की अम्मी जान क्यों रोंदे हो जनाबे खदीजा ने फातिमा नु सीने ला लिया अज भी मामा मरदी होए कदी तियां दा मत्था चुमदिया ने कदी पुत्रां दा मत्था चुमदिया ने आंदियां ने वे पुत्रो मां मर चली जे हे मां दुनिया टुट चली जे हे मां दा आखरी वेला ए अज भी कदी तियां दे हाथ चुमदी ए कदी पुत्रां दे हाथ चुमदी ए आंदी ए मेरे तो बाद लड़ाई ना करे यारे मेरे तो बाद पैणा नु दुख ना दे यारे अल्लाह दी कसम रोण वाली ओ मां माई आउंदी ए हाय मां तो बगैर रिश्ता कोई नहीं आंदा हाय माई होवे ते लखाई ताई आउंदियां ने हाय माई होवे ते लखां खुशियां आउंदियां ने हाय माई होवे ते लखां चाए आउंदे ने जनाबे खदीजा ने मां जनाबे फातिमा ने अर्ज की थी अम्मी जी क्यों रोंदे हो फरमाया नी फातिमा मेरा दिल करदा है जांदी वारी मैनू जड़ा कफन दिता जाए नी फातिमा ते बाबा दी काली कमली होवे तेरे बाबा दा कंबल होवे मेरा कफन होवे आओ मुसलमान भाइयो बोंगे दी सरजमीन विच बैठ आ लियो जनाबे फातिमा दौड़ियो ने अपने बाबा
काबे की गोद विच बह गई आने मेरे नबी ने फरमाया नी तीए क्यों रोनी है हज की बाबा मेरा आखिरी वेला है बाबा मेरे दुनिया मेरे मां का आखिरी वेला है खदीजा दुनिया तू जा रही ने मेरी अम्मी की दिली खाश है मेरा कफन थोड़ी ज्यादा रोनी चाहती है बाबा जी जुमले सुन जाया रे मेरे नबी दखा बिच अथरू जारी हो गए तवज्जो करे यार मेरे मुहम्मद दखा बिच अथरू जारी हो गए ने जनाबे फातिमा ने बाबे दे अथरू साफ किए ने अर्ज की बाबा रोना तो मैनू चाहिए है मेरी मां तुरी चली जे मेरी ठंडी छां तुरी चली जे बाबा रोना तो मैनू चाहिए है मरे जान जिन्ना दिया मावां तवज्जो जी तवज्जो बड़ी मेहरबानी है मरे जान जिन्ना दिया मावां देना कौन प्यारे है मरे जान जिन्ना दिया मावां है कायनात ले ओ है मरे जान जिन्ना दिया मावां देंदा कौन प्यारे है मां बिना सारी दुनिया लगदी ओ जाड़े अल्लाह बाबा तोड़ा रोना कबूल करे अल्लाह अथरू कबूल करे जुमले सुनिया रे मेरे नबी ने मोंडे ते हाथ पाया है हजे कमली नु मोहम्मद ने हाथ पाया है तू जबरील आया है जबरील ने आके नबी दे सामने हाथ जोड़े ने हर्ज की कमली वाले अपनी चादर मोंडे तू ना लाया जे खदीजा ने सारी जिंदगी तुहाड़े ना लाई है खदीजा ने अपना माल कुर्बान किया है खदीजा ने अपना माल कुर्बान किया है सोने कमली ना ही उतारे आज साहब रोजा लू शहादा लिखदा है अल्लाह ने फरमाया जबरील अज खदीजा का आखिरी वेला है सुनियो यार सुनियो अज खदीजा का आखिरी वेला है इनू कफन दुनिया का नहीं दिता जाएगा जबरीला ए जन्नत का कफन ला जा जाके मेरे मोहम्मद नू कह दे सोनिया ए खदीजा कोई आम बीबी नहीं ए खदीजा कोई आम खतौन नहीं ए खदीजा कोई आम मां नहीं ए ज़हरा दी मां ए मोहम्मद दी बीबी ए दा कफन जन्नत विचों आएगा ए दा कफन जन्नत विचों आएगा आइए ते मैं कहीं ना तालियां नोना है मां खदीजा तुल कुबरा वर्गी होए है बाबा मोहम्मद वर्गा होए ते मियां साहबां दे ने मां मरहे ते हाय 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 तवज्जो करियो यार है मां मरहे ते है मां पे मुकदे हाथा बीज मर वेड़ा वेला है बाप मरते सजना बाप मरते मोह मत बख्शा ते उजड़ जंदा जे तवज्जो यार उजड़ जंदा जे मेला जनाबे खदीजा दा वेसाल होया मेरे नबी भी रोंदे ने जनाबे फातिमा भी रोंदियां ने बाबा जी चंद दिन गुजरे जनाबे फातिमा अपने हुजरा मुबारक के अंदर मौजूद देखिया गली विच एक बीबी जा रही है बाबा जी जुमले सुनिया ने हे बीबी कौन है जड़ी बीबी ने बुरखा पाया होया है बाबा जी जुमले समाध कर जाया ने जनाबे फातिमा नु पलेखा बह गया इंज लगता है जिवें मेरी मां भी जांदी है इंज लगता है जिवें अम्मा खदीजा पिया जांदियां ने बाबा जी जुमले सुन जाया रे जनाबे फातिमा ने दौड़ के आ गए जनाबे उम्मे सलमा ने पैरां नु जफा मार लिया फरमाया अम्मी जी वेड़ा वे अम्मी जी हुजरा वे अम्मी जी किथे तुर चले हो अम्मी जी किथे वल तुर चले हो है मर जान जिन्ना दिया मावां हाय हाय है मर जान जिन्ना
ਆਖੀਆਂ ਮਾਵਾਂ ਹਲੋਂ ਦੇਂਦਾ ਕੌਣ ਪਿਆਰੇ ਮੈਂ ਇਸ ਵਾਸਤੇ ਦੁਨੀਆਂ ਨੂੰ ਐਲਾਨ ਕਰਕੇ ਦੱਸਣਾ ਪਿਆ ਮਰੀ ਜਾਣ ਜਿਨ੍ਹਾਂ ਦੀਆਂ ਮਾਵਾਂ ਕਦੀ ਚਾਚੀਆਂ ਮਾਵਾਂ ਨਹੀਂ ਬਣੀਆਂ ਕਦੀ ਤਾਈਆਂ ਮਾਵਾਂ ਨਹੀਂ ਬਣੀਆਂ ਕਦੀ ਖਾਲਾ ਮਾਵਾਂ ਨਹੀਂ ਬਣੀਆਂ ਕਦੀ ਮਾਮੀਆਂ ਮਾਵਾਂ ਨਹੀਂ ਬਣੀਆਂ ਹੈ ਮਾਵਾਂ ਮਾਵਾਂ ਹੀ ਹੁੰਦੀਆਂ ਨੇ ਹੈ ਮਾਵਾਂ ਛਾਵਾਂ ਹੀ ਹੁੰਦੀਆਂ ਨੇ ਹੈ ਮਾਵਾਂ ਵੇੜੇ ਦੀ ਰੌਣਕ ਹੁੰਦੀਆਂ ਨੇ ਹੈ ਪੁੱਤਰ ਸੌਦੀ ਆਇਆ ਹੋਵੇ ਤੇ ਮਾਂ ਇੱਥੇ ਰੋਂਦੀ ਹੈ ਹੈ ਪੁੱਤਰ ਮਸਕਤ ਹੋਵੇ ਤੇ ਮਾਂ ਇੱਥੇ ਰੋਂਦੀ ਹੈ ਆਪਣੇ ਪਰਦੇਸੀਆਂ ਵਾਸਤੇ ਖੈਰਾਂ ਮੰਗਦੀ ਹੈ ਆਂਦੀ ਹੈ ਸ਼ਾਲਾ ਇਸ ਮਾਂ ਦੇ ਜਾਇਆਂ ਦੀ ਖੈਰ ਹੋਵੇ ਸ਼ਾਲਾ ਮੇਰੇ ਪੁੱਤਰਾਂ ਦੀ ਖੈਰ ਹੋਵੇ ਬਾਬਾ ਜੀ ਜੁਮਨੇ ਸੁਣਿਆ ਨੇ ਜਨਾਬੇ ਉਮੇ ਸਲਮਾਂ ਨੂੰ ਲੈ ਕੇ ਜਨਾਬੇ ਫਾਤਿਮਾ ਅੰਦਰ ਆ ਗਈਆਂ ਜਨਾਬੇ ਉਮੇ ਸਲਮਾਂ ਨੇ ਵੇਖਿਆ ਏ ਲੱਗਦਾ ਫਾਤਿਮਾ ਨੂੰ ਮਾਂ ਦਾ ਭਲੇਖਾ ਪੈ ਗਿਆ ਜਨਾਬੇ ਉਮੇ ਸਲਮਾਂ ਪਿਆਰ ਪੀਆਂ ਕਰਦੀਆਂ ਨੇ ਸਿਆਲ ਕੋਟੀਓ ਜੁਮਨੇ ਸੁਣ ਜਾਇਆ ਨੇ ਜਨਾਬੇ ਉਮੇ ਸਲਮਾਂ ਪਿਆਰ ਪੀਆਂ ਕਰਦੀਆਂ ਨੇ ਮੇਰੇ ਨਬੀ ਨੇ ਵੇਖਿਆ ਏ ਉਮੇ ਸਲਮਾਂ ਜਨਾਬੇ ਫਾਤਿਮਾ ਨੂੰ ਸੀਨੇ ਲਾ ਕੇ ਪਿਆਰ ਪੀਆਂ ਕਰਦੀਆਂ ਨੇ ਮੇਰੇ ਨਬੀ ਨੇ ਫਰਮਾਇਆ ਨੀ ਉਮੇ ਸਲਮਾਂ ਜੀ ਆਕਾਰ ਇਹ ਫਾਤਿਮਾ ਨੂੰ ਕੀ ਕਰਨੀ ਏ ਹਰ ਜਗੀ ਕੀ ਸੋਹਣਾ ਮੈਨੂੰ ਇੰਜ ਲਗਾਏ ਜਿਵੇਂ ਤੁਹਾਡੀ ਬੇਟੀ ਨੂੰ ਮਾਂ ਦਾ ਭਲੇਖਾ ਪੈ ਗਿਆ ਬਾਬਾ ਜੀ ਜੁਮਲੇ ਸੁਣਿਆ ਨੇ ਰੋ ਰੋ ਕੇ ਅਸੀਂ ਆਨੇ ਆ ਮਾਂ ਜਨਤ ਸਾਡੀ ਜਿਹਦੀ ਮਾਂ ਦੁਨੀਆਂ ਤੋਂ ਗਈ ਹੈ ਬਾਬਾ ਜੀ ਜੁਮਲੇ ਸੁਣਿਓ ਮਾਂ ਜਨਤ ਸਾਡੀ ਤੇਰੇ ਨਾਲ ਪੈਰੀ ਸੀ ਡਾਡੀ ਤੇਰੇ ਨਾ ਆਖਰੀ ਆਖਰੀ ਸ਼ੇਰ ਨੇ ਤਕਰੀਰ ਛੱਡਣ ਲਗਾ ਜੇ ਮਾਏਨੀ ਜਨਤ ਸਾਡੀ ਤੇਰੇ ਨਾਲ ਪੈਰੀ ਸੀ ਡਾਡੀ ਜਦੋਂ ਦਾ ਕਰ ਗਈ ਪਰਦਾ ਸਿਰ ਤੂੰ ਉੱਠ ਗਈ ਠੰਡੀ ਛਾਂ ਨੀ ਦੱਸ ਕਿੱਥੋਂ ਲਵਾਂਗੇ ਕਿੱਥੋਂ ਲਵਾਂਗੇ ਤੈਨੂੰ ਮਾਂ ਨੀ ਦੱਸ ਕਿੱਥੋਂ ਲਵਾਂਗੇ ਅੱਲਾ ਸੋਹਣਿਆ ਦੁਆ ਕਰੋ ਸਾਰੇ ਮੇਰੇ ਨਾਲ ਮਿਲ ਕੇ ਅੱਲਾ ਇਹਨਾਂ ਦੀ ਅੰਮੀ ਦੀ ਬਖਸ਼ਿਸ਼ ਫਰਮਾਵੇ ਅੱਲਾ ਸੋਹਣਿਆ ਕਰਮ ਕਮਾਵੀ ਮਾਂ ਮੇਦੀਨੋ ਜੰਨਤ ਪਹੁੰਚਾਵੀ ਕਾਰੀ ਕੇ ਰਹਿਮਤ ਉੱਤੇ ਨੀ ਮਹਾਏ ਆਏ ਦੀ ਕਿਹੜੀ ਰੁੱਤੇ ਨੀ ਮਹਾਏ ਆਏ ਦੀ ਕਿਹੜੀ ਰੁੱਤੇ ਹੈ ਮਾਂ ਮੇਰੀ ਨੇ ਬਾਗ ਲਗਾਇਆ ਮਸ਼ਕਾਂ ਪਰ ਪਰ ਪਾਣੀ ਲਗਾਇਆ ਲੱਗਿਆਂ ਗੋਰਾਂ ਦੇ ਪਿੱਛੇ ਨੀ ਮਾਏ ਦੋ ਤਿੰਨ ਮਿੰਟ ਰਹਿ ਕੇ ਜ਼ਰਾ ਤਵੱਜੋ ਫਰਮਾਇਆ ਜੇ ਖਤਮ ਵੀ ਪੜੇ ਜਾਣਾ ਉਸ ਤੋਂ ਬਾਅਦ ਦੁਆ ਵੀ ਆਉਣੀ ਹੈ ਕਿ ਮਾਂ ਕਿੱਡੀ ਅਜ਼ੀਮ ਹਸਤੀ ਹੈ ਜਨਾਬੇ ਉਮੇ ਸਲਮਾ ਨੇ ਵੇਖਿਆ ਨਾ ਕਿ ਜਦੋਂ ਜਨਾਬੇ ਫਾਤਿਮਾ ਤੋਂ ਜ਼ਹਰਾ ਸਲਾਮੁੱਲਾ ਅਲੈਹ ਆਪ ਨੂੰ ਭੁਲੇਖਾ ਪੈ ਗਿਆ ਮਾਂ ਦਾ ਅਤੇ ਉਹ ਮਾਂ ਬਣ ਕੇ ਪਿਆਰ ਕੀਤਾ ਮੁਹੱਬਤ ਕੀਤੀ ਉਲਫਤ ਕੀਤੀ ਅਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਿਰ ਇੰਨਾ ਪਿਆਰ ਕੀਤਾ ਜਨਾਬੇ ਫਾਤਿਮਾ ਤੋਂ ਜ਼ਹਰਾ ਨੂੰ ਜਦੋਂ ਜਨਾਬੇ ਫਾਤਿਮਾ ਦਾ ਰੁਖਸੀ ਦਾ ਵੇਲਾ ਸੀ ਨਾ ਮੌਲਾ ਅਲੀ ਦਿਖਾਰ ਇਹ ਮਿਸਰਾ ਸੁਣਿਓ ਰਾਵੀ ਲਿਖਦਾ ਕਿ ਹਜ਼ਰਤ ਉਮੇ ਸਲਮਾ ਨੂੰ ਭੇਜਿਆ ਨਬੀ ਬਾਗ ਨੇ ਕਿ ਜਾਓ ਮੇਰੀ ਬੇਟੀ ਨੂੰ ਆਖੋ ਕਿ ਮੌਲਾ ਅਲੀ ਦੀ ਤਰਫੋਂ ਪੇਗਾਮ ਆਇਆ ਰੁਖਸੀ ਦਾ ਨਿਕਾਹ ਪਹਿਲਾਂ ਹੋ ਗਿਆ ਸੀ ਰੁਖਸੀ ਬਾਅਦ ਵਿੱਚ ਹੋਈ ਸੀ ਇਹ ਗੱਲ ਸੁਣਿਓ ਬੜੀ ਕੀਮਤੀ ਜੇ ਜਦੋਂ ਰੁਖਸੀ ਦਾ ਵੇਲਾ ਆਇਆ ਹਜ਼ਰਤ ਉਮੇ ਸਲਮਾ ਅੰਦਰ ਗਈਆਂ ਨਾ ਅਤੇ ਜਨਾਬੇ ਫਾਤਿਮਾ ਤੋਂ ਜ਼ਹਰਾ ਨੂੰ ਕਿਹਾ ਕਿ ਬੇਟੀ ਤੁਹਾਡੇ ਬਾਬੇ ਦੀ ਤਰਫੋਂ ਹੁਕਮ ਹੈ ਕਿ ਮੌਲਾ ਅਲੀ ਦੀ ਤਰਫੋਂ ਪੇਗਾਮ ਆਇਆ ਰੁਖਸੀ ਦਾ ਅਤੇ ਤੁਹਾਡਾ ਕੀ ਹੁਕਮ ਹੈ ਤੁਹਾਡਾ ਕੀ ਇਰਾਦਾ ਹੈ ਹੁਣ ਸੁਣਿਓ ਜੁਮਲੇ ਤਾਂ ਅੱਲਾ ਦੀ ਕਸਮ ਦਿਲ ਦੇ ਆਂਸੂ ਆ ਜਾਣਗੇ ਜਦੋਂ ਇੰਨੀ ਗੱਲ ਕੀਤੀ ਜਨਾਬੇ ਫਾਤਿਮਾ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਮਾਂ ਤੇ ਸਿਰ 'ਤੇ ਕੋਈ ਨਹੀਂ ਸੀ ਨਾ
अज बेटी दे रुखसी दा वेला होवे ते कदी मां चुप करांदी, कदी बाप सीने लांदा, कदी भरा सीने लांदे ने। बाबा जी अंदाज ही वखरा होंदा, धीआं नाल मुहब्बत, धीआं नाल प्यार, भरावां दा भी वखरा होंदा, बाप दा भी वखरा होंदा, मां दा भी वखरा होंदा। जदों रुखसी दा वेला आया ते जनाबे फातिमा तुज़हरा सलामुल्लाह अलैहा दी अखां विच अथरू आ गए। आ सुणिओ लोगो, जदों अथरू आए ना ते हज़रत उम्मे सलमा को बर्दाश्त नहीं होया, दौड़ के बाहर आईया। नबी पाक ने फरमाया, उम्मे सलमा खैर है? अर्ज कीती, हुजूर आका थोड़ी बेटी रो पई है, मेरे को बर्दाश्त नहीं होया, तुसी आप ही जाके पुछो खैर है? मेरे नबी अंदर आए ना ते आके जो अपनी बेटी नु सीने लाया, फरमाया बेटी अगर नहीं दिल करता तो कोई मसला नहीं, बाद विच असी रुखसती कर लांगे, बाद विच तुहानू तोड़ देंगे, ये नाल ही ते अली दा घर है, अगर नहीं दिल करता। इन्नी गल कीती, जनाबे फातिमा दे अथरू आ गए। बाबा वह कैसा मंजर होएगा जो कायनात दा मुहम्मद भी रोंदा होएगा, जो सवा लख नबियां दा इमाम अपनी बेटी नु सीने ला के रोंदा होएगा, प्यार करदा होएगा। ये बेटी चीज ही ऐसी है, बेटी नु अल्लाह ने ऐसा दिल अता फरमाया है। अपने बाप ना पिछे मर जांदियां ने बाबा जी, अपने भरावां पिछे, अपने जिहड़ा पिछला खानदान है पिछे मुक जांदियां ने, दुआवां करदियां ने सहुरियां दे वेड़े जाके भी, या अल्लाह मेरे अबू की खैर होवे, या अल्लाह मेरे वीर की खैर होवे, या अल्लाह मेरे अबू की खैर होवे, मेरे भरावां की, मेरी मां की खैर होवे। उत्थे जाके भी जिथे मर्जी वसदियां होण उत्थे दुआवां करदियां ने। इसे वास्ते रोमिए कश्मीर मियां मुहम्मद बख्श रहमतुल्लाह अलैह ने कलम उठाई ते मियां साहब फरमांदे ने, सदा ना बागी बोले 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 आए हाय, फिर सदा ना बागे लोक, सदा ना बागे हे बोले 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 सदा ना बागे बहारा, हे सदा ना मापे हे रौना लियो, सदा ना मापे हे हुसैन जवानी, सदा ना सोहेबत यारा। और मियां साहबां दे ने लैओ यार हवाले रब दे, मुक गई जे गल, लैओ यार हे लैओ यार हवाले रब दे, मिले नी चार इना दे उस दिन ईद, हे लोको उस दिन ईद मुबारक हो सी, जिस दिन फिर मिला। अल्लाह मेरा पढ़ना थोड़ा सुनना कबूल फरमाए।